ਤੇ ਆ ਹੁੱਕਾਂ ਚ ਪਾਈ ਜਾਂਦਾ ਥੱਲੇ ਤੇ ਪਾਈ ਨਹੀਂ ਆ ਹੁੱਕਾਂ ਦੇ ਸਿੱਧਾ ਹੀ ਆ ਬਸ ਐਂ ਸਿੱਧਾ ਹੀ ਆਊ ਐਂ ਆਊ ਫਰਤਾ ਫੜਦਾ ਬਾਬਿਆ ਦੇ ਜੇ ਕਿਤੇ ਨੂੰ ਐਂ ਆਉਣਾ ਇੱਥੇ ਬਾਜਦਾ ਆ ਹੁੱਕਾਂ ਚ ਮਗਰ ਨੂੰ ਕਰਕੇ ਲਿਆਉਣਾ ਪਊ ਇੰਨਾ ਖੜਦਾ ਨਹੀਂ ਆ ਹਾਲਾਤ ਪਏ ਤਾਂ ਨੂੰ ਫਿਰ ਬਹਿਦਾ ਜਾਊ ਤੇ ਉੱਤੋਂ ਉੱਤੇ ਬੀਜੀ ਜਾਣਗੇ रबड़ जी नहीं हों पटी दंगल उंगल मोचिया रेते मिट्टी बद चकन करके हो गई मोचिया बद मिट्टी चकन करके सारे मोच गए जो मिट्टी बरीक होंगी फिर लोट रहा डलिया ने माड़िया माड़िया तो हम मशीन लैके चलने आप घर वो मगर आ गई मशीन तो घर में चल लिया आप घर जाके खोलनी अगे दिखाने फिर सानी वो मिस्त्री खोल के लियाने पैने अंदरों पाटे पुटे जो एंगल पाया ने मोटिया हो रहे वो एंगल नरम सीगिया स्ट्रोंग एंगल पाया ने उन्हें होर पटा कहती सी पटा वाला टुटा है देखो मिट्टी बस मोटी सी बच्चे डले सी करके टुटे डले डुले तो इतनी रही गए ते एंगल विंगे हो गया वाले हमने नवी पानी सारिया एंगल ते पट्टा लोड करना अगे दिखाने खोली जाने दिखाई तो आप अंबानी मोटर लिया कि मंजा डा लिया नज़ारा बच गया फुल आप पहला भी आए थे उदो मशीन करके जाना पै गया क्योंकि मशीन ले जानी अंदर तो मशीन जाद सारी खराब हो गई तो दुबारी फिर घर लिया हूँ घर सामने लिया के खोली आओ सारी हूँ तो जानी बंदे खासे हो गए तो आप इधरों आ गए इतने पै गए आप अंब देखो थले जड़ा च कि फोन आया वा भजन मामे का कहिंदा भी तू करमे मामे कोल जा हो लग्या पिया करमा मामा वो ट्रैक्टर कोल उत्थे पनीर वाली मशीन उत्थे खराब हुई सी तो हूँ उत्थे दूए लोट लाने लगे हुए ने पनीर जिमें आप लाने सिंपल तरीके बट्टा पा के बस पनीर ही लाती तो पानी सीधा वो हिसाब किताब ना क्योंकि मशीन तो खराब हो गई उन्होंने खबर कि टाइम लगू मशीन करके हूँ आप मामे को जाना तो जी आप मोटर लैके जिते वो कबूता चली जाता वा ओके सामने चली जाता ओदा पानी चेक करके आना मोटर फिर चला के चाबी लेके मामा चाबी ले लू आप मोटर चला के देख के आने भी कि पानी कड़ दी है तो फिर दिखाने सू सटा देता बट्टा मुट्टा पा के सैटा तो पानी लाई जाते हैं उन्हें तो आप भी चल रहे हूँ आप भी उन्होंने पानी लाना जाके पनीर अपने वाली अगे दिखा हूँ आप उतों फिर दोबारे अंबाई के आ गए क्योंकि उन्होंने पनीर तो पानी छड़ता आप आपकी भी सामभ लीए होर आपकी खराब हो जाए कि नहीं मामा हूँ लग गया आप इतने वह छडन सटाटर ऑटोमैटिक है ना देखो कड्डा जवाड़ा वो बच्चा माड़ा बंदा तारा देख के मर जू चली स्पार्क जा मार दी आ देखना पऊगा मैंने कहा कांप जाऊ जंत्र दिखाने देख लो
ਇਹਦਾ ਉਹ ਗਾਣਾ ਢੁਕੀਏ ਤੇ ਅੱਖੀਆਂ ਲਾਉਣਾ ਕਹਿੰਦੇ ਸਿੰਨ ਕੇ ਨਿਸ਼ਾਨਾ ਮਾੜੀ ਮੋਟੀ ਗੱਲ ਗੌਲਦਾ ਨੀ ਸੂਰਮਾ ਹੁਣ ਆਪਾਂ ਲਾ ਕੇ ਦੇਖਣਾ ਇੱਕ ਅੱਧਾ ਇਹ ਫਿਰ ਮਿਲ ਜਾ ਹੁਣ ਉਹ ਵੀ ਤੇ ਇਹੋ ਜਿਹਾ ਅੰਤਰ ਨਾ ਆਪਾਂ ਨਿਸ਼ਾਨੇ ਨਿਸ਼ਾਨੇ ਵੀ ਲਾ ਕੇ ਦੇਖ ਰਹੇ ਉਹਦਾ ਆਪਾਂ ਰੀਲ ਪਾਵਾਂਗੇ ਸ਼ੋਰਟ ਅਤੇ ਊਂ ਪਰ ਜਾਣੀ ਯਾਰ ਇਹੋ ਜਿਹੇ ਯੰਤਰ ਬਣਾਇਆ ਕਿਸੇ ਨੇ ਆਏ ਨਾ ਹੋਵੇ ਵੀ ਤੁਸੀਂ ਊਂ ਦੁਪਹਿਰੇ ਵੀ ਵਿਚਾਰਿਆਂ ਨੇ ਮਾਰੀ ਜਾਓ ਕਾਂ ਦੇ ਆਪਾਂ ਜਾਣੀ ਮਾਰਿਆ ਤਾਂ ਹੈ ਨਹੀਂ ਆਪਾਂ ਤਾਂ ਊਂ ਵੀ ਇੱਕ ਉਹ ਬਣਾਤੀ ਸ਼ੋਰਟ ਜਿਹਾ ਊਂ ਬਣਾਤਾ ਕਿਉਂਕਿ ਇਹ ਵੀ ਵਿਚਾਰੇ ਆਪਣੇ ਵਰਗੇ ਨੇ ਜੀਵ ਇਹਨਾਂ 'ਤੇ ਇਹ ਮਾਰਦੇ ਹੁੰਦੇ ਨੇ ਤਾਂ ਬਣਾਇਆ ਇਹ ਰਾਤ ਨੂੰ ਮਾਰਦੇ ਹੁੰਦੇ ਰਾਤ ਨੂੰ ਹੁਣ ਮੈਨੂੰ ਪਿਛਲੀ ਵਾਰ ਗੱਲ ਦੱਸੀ ਸੀ ਪਰਾਰ ਭਰ ਦੀ ਪਰ ਮਾਮੇ ਉਹਨੂੰ ਕਹਿੰਦੇ ਅਸੀਂ ਇੱਥੇ ਪਏ ਸੀ ਇਹਨਾਂ ਦੇ ਥੱਲੇ ਮੋਟਰ 'ਤੇ ਆ ਕੇ ਕੱਦੂ ਵੇਲੇ ਉੱਤੇ ਅੰਬ ਲੱਗੇ ਪਏ ਸੀ ਅੰਬ ਵੜਤਾ ਉਹਨੇ ਤਾਂ ਤੋਂ ਟੁੱਕ ਛੱਡਤਾ ਥੱਲੇ ਅਸੀਂ ਥੱਲੇ ਮਾਮਾ ਪਿਆ ਸੀ ਉਹਦੇ ਸਿਰ 'ਚ ਵੱਜਿਆ ਗਿਆ ਅੰਬ ਸਿਰ 'ਚ ਪੜਕਦੇ ਨੇ ਵੱਜਿਆ ਕੱਚਾ ਅੰਬ ਸੀਗਾ ਸਿਰ 'ਤੇ ਵੱਜਿਆ ਕਹਿੰਦਾ ਪਰ ਜਿਵੇਂ ਰੋੜਾ ਵੱਜਾ ਨਾ ਐਂ ਵੱਜਿਆ ਮੇਰੇ ਇਹ ਉਸ ਕੰਮਾਂ ਨੂੰ ਐਂ ਨਹੀਂ ਹੈਗਾ ਕਿ ਊਂ ਮਾਰੀ ਜਾ ਮਾਰੀ ਬੈਠੇ ਵਿਹਲੇ ਵੀ ਮਾਰ ਇਹਦੇ ਹੋਰ ਮਾਰ ਇਹਦੇ ਹੋਰ ਮਾਰ ਅਤੇ ਇਹਨੂੰ ਆਪਾਂ ਜਿੱਥੇ ਚੱਕ ਉੱਥੇ ਹੀ ਰੱਖ ਦਈਏ ਅਤੇ ਇੱਧਰ ਅੰਦਰ ਪਿਆ ਵਾਰ ਇਹ ਰੂਹ ਵੀ ਪਾਣੀ ਸ਼ਾਇਦ ਛੱਡਿਆਂ ਦਾ ਹਾਂ ਉਹ ਛੱਡਿਆਂ ਦੀ ਮੋਟਰ ਉਹ ਇੱਧਰੋਂ ਹੁਣ ਨੱਕੇ ਨੁੱਕੇ ਕਰਦਿਆਂ ਲੋਟ ਹੋਰ ਉਹ ਖਾਣ ਰਾਹੀਂ ਦੀ ਪਾਣੀ ਆਊਗਾ ਉਹ ਵਾਲੇ ਥਾਈ ਦਿਖਾਉਣੇ ਆ ਸਾਨੂੰ ਕਿੱਥੋਂ ਦੀ ਆਉਣਾ ਇਹ ਇਹ 'ਚ ਵੀ ਆ ਗਿਆ ਆਊਗਾ ਹਾਂ ਇਹ 'ਚ ਵੀ ਆਉਣ ਲੱਗ ਗਿਆ ਦੇਖ ਉਹਦਾ ਢੱਕਣ ਜਿਹਾ ਖੋਲਣਾ ਪੈਣਾ ਵਾ ਉਹ ਵਾਲੇ ਦਾ ਫਿਰ ਪਾਣੀ ਲਿਖੋ ਸਾਰੀ ਪਨੀਰੀ ਨੂੰ ਉੱਧਰ ਬੱਦਲ ਹੋ ਚੱਲੇ ਪਰਲੇ ਪਾਸੇ ਚੱਖ ਜੀ ਚੜ੍ਹ ਗਈ ਛੱਡਾਂ ਹੀ ਉਹਦੇ ਚਾਰੇ ਪਾਸੇ ਮੌਸਮ ਬਹੁਤ ਘੈਂਟ ਹੋਈ ਇੱਥੇ ਜਾਂ ਚੱਖ ਚੜ੍ਹ ਗਈ ਸ਼ਾਮ ਜੀ ਨੂੰ ਆਪਣੇ ਦਾ ਜੇ ਫਿਰ ਬੁਰਾ ਹਾਲ ਹੁੰਦਾ ਉਹ ਉੱਧਰ ਨੂੰ ਤਾਂ ਚੜਿਆ ਆ ਬੱਦਲ ਜਾ ਇੱਧਰ ਘੱਟ ਆ ਉੱਧਰ ਨੂੰ ਚੜਿਆ ਆ ਇਹਦਾ ਢੱਕਣ ਖੋਲਦਾ ਸਾਰੇ ਲੱਗ ਗਏ ਅੱਛਾ ਉਹ ਉੱਧਰਲੇ ਪਾਸੇ ਖੋਲਣਾ ਇੱਧਰੋਂ ਨਹੀਂ ਖੋਲਣਾ ਇਹ ਢੱਕਣ ਉਰੋਂ ਨਹੀਂ ਖੋਲਣਾ ਸੀ ਉੱਥੋਂ ਖੋਲਿਆ ਵਿਆ ਢੱਕਣ ਜਿੱਥੇ ਮਾਮਾ ਜਾਂਦਾ ਅੱਧਾ ਅੱਧਾ ਕਿੱਲੇ ਕਿੱਲੇ 'ਤੇ ਛੱਡੇ ਪਏ ਨੇ ਇਹਨਾਂ ਦੇ ਹਾਂ ਢੱਕਣ ਜੀ ਇੱਥੇ ਚੱਲਦੀ ਸੀ ਦੇਖ ਲਓ ਕੰਬਾਈਨ ਦੋ ਕੁ ਮਹੀਨੇ ਪਹਿਲਾਂ ਡੇਢ ਦੋ ਕੁ ਮਹੀਨੇ ਹਾਲ ਜੀ ਛੁੱਟੀ ਪਈ ਆ ਇੱਧਰ ਸਾਰੇ ਕੰਮ ਆ ਰਿਹਾ ਏ ਟੂ ਜੈੱਡ ਹੋਇਆ ਪਿਆ ਕੰਮ ਕਹਿੰਦੇ ਮੇਰੀ ਵੀਡੀਓ ਸਿਰਾ ਹੋਇਆ ਪਿਆ ਕੰਮ ਅਤੇ ਗਾਇਜ਼ ਆ ਗਿਆ ਪਾਣੀ ਅਤੇ ਆਪਾਂ ਨੂੰ ਹੁਣ ਆਪਸ਼ਨ ਵੀ ਆ ਗਈ ਵੀ ਇਹਨੂੰ ਘੱਟ ਯੂਜ ਕਰੋ ਕੂਲ ਡਾਊਨ ਕਰ ਲਓ ਇਹਨੂੰ ਅੱਗ ਮਾਰਨ ਲੱਗ ਗਿਆ ਮੋਬਾਈਲ ਪੂਰਾ ਗਰਮ ਹੋਇਆ ਪਿਆ ਇਹ ਯਾਰ ਬਾਹਲਾ ਇਸ਼ੂ ਆ ਟਵੈਲਪਰ ਉਹ 'ਚ ਬਾਹਲਾ ਆਇਆ ਬਾਹਲਾ ਨਜਾਇਜ਼ ਗਾਇਜ਼ ਮਾਹੌਲ ਵੱਜਿਆ ਤਾ ਉਹ ਪਾਣੀ ਬਹੁਤ ਠੰਡਾ ਚੱਪਲੀਆਂ ਚੱਕ ਲਈਆਂ ਆਪਾਂ ਤਾਂ ਤੁਰ ਕੇ ਚੱਲਾਂਗੇ ਖਾਲੋ ਖਾਲ ਨਜ਼ਾਰਾ ਵਧਿਆ ਪਿਆ ਪੂਰਾ ਮੈਂ ਵੀ ਬੱਦਲ ਇੱਧਰ ਵੀ ਹੋ ਗਿਆ ਪੂਰਾ ਅੱਧੇ ਘੰਟੇ ਦੇ ਅੰਦਰ ਅੰਦਰ 15 ਮਿੰਟਾਂ ਦੇ ਅੰਦਰ ਅੰਦਰ ਲੱਗਦਾ ਵੀ ਆ ਸਕਦਾ ਕੁਛ ਵੀ ਕਰ ਸਕਦਾ ਰੱਬ ਬੱਦਲ ਜਿਹਾ ਆਏ ਹੋਏ ਕਿੰਨਾ ਘੈਂਟ ਆ ਤੁਰੇ ਜਾ ਰਹੇ ਹਾਂ ਤੁਰਦੇ 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 ਆਪਾਂ ਆਪਣੇ ਟਿਕਾਣੇ 'ਤੇ ਜਾ ਪਹੁੰਚੇ ਹਾਂ ਇਹਨੂੰ ਵੀ ਲਾਉਣਾ ਛੋਟੀ ਨੂੰ ਵੀ ਉਰੇ ਗਰਮ ਆ ਪਾਣੀ ਮਾਰੇ 'ਚ ਸਾਰੀ 'ਚ ਗਰਮ ਆ ਵਾਲੀ 'ਚ ਇੱਥੇ ਕਿਉਂਕਿ ਤਪਿਆ ਗਿਆ ਹੁਣ ਆਪਾਂ ਕੀ ਕਰਨਾ ਆਪਾਂ ਆਪਣੀਆਂ ਚੱਪਲਾਂ ਪਾਉਣੀਆਂ ਓਏ ਪਨੀਰੀ 'ਚ ਲੰਘੀਆਂ ਸੀ ਆਹ ਨਜ਼ਾਰੇ ਨਹੀਂ ਮਿਲਦੇ ਗਾਇਜ ਕਨੇਡੇ ਕਨੂਡੇ ਇਹ ਦੋਨਾਂ ਖੇਤਾਂ ਦਾ ਕੰਮ ਨਿਬੜ ਗਿਆ ਪਨੀਰੀ ਨੂੰ ਵੀ ਪਾਣੀ ਲਾਤਾ ਬਾਬਾ ਜੀ ਵੀ ਨਿਬੜ ਗਏ ਨਾ ਮਾਮਾ ਸਾਰੀ ਦੂਹਰ ਵੀ ਕਰਿਆ ਦੀ ਮਾਮਾ ਸਾਰੀ ਬਾਬਾ ਜੀ ਵੀ ਨਿਬੜ ਗਈ ਅਤੇ ਉਹ ਹੈਗਾ ਟਰੈਕਟਰ ਦੋਨੇ ਖੇਤ ਹੋ ਗਏ ਕਿਵੇਂ ਇੱਧਰਲੀ ਰਹਿ ਗਈ ਉਹ ਵਾਲੀ ਤਾਂ ਨਿਬੜ ਗਈ ਕਿਵੇਂ ਸਾਰੀ ਉਹਦੀਆਂ ਤਵੀਆਂ ਸਾਰੇ ਭੱਜ ਗਈਆਂ ਜਿਹੜੇ ਲੇਖੀ ਹੋ ਗਈ ਚੱਲ ਘੋੜਾ ਆ ਗਿਆ ਘੋੜਾ ਲੈ ਆਉਂਦਾ ਤੇਲ ਪਾਉਣਾ ਕਿਹੜਾ ਸੌਖਾ ਆਉਣ ਦੇ ਮਾਮਾ
ਤੇਲ ਪਾਉਣ ਦੇ ਆਉਣ ਦੇ ਚੱਲ 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 ਇੱਧਰ ਆ ਲੱਗੂ ਹੁੱਕ ਹੁੱਕ ਲੱਗੂ ਮੂਹਰੇ ਉਹ ਹੁੱਕ ਲੱਗ ਗਈ ਘੋੜਾ ਅੰਦਰ ਵਾੜਨਾ ਵੀ ਸੌਖਾ ਨੀ ਟਾਇਰੀ ਵਾਲੇ ਵੱਡੇ ਨੇ ਮੂਹਰੇ ਆਜੂ ਕਿੱਥੇ ਧਰਤੀ ਪੈ ਪਈ ਸਵੇਰੇ ਤੇ ਪੈ ਪਈ ਕਿੱਥੇ ਧਰਤੀ ਸਵੇਰੇ ਅੰਦਰ ਹੀ ਤੇ ਜਾਂਦੀ ਚੱਕੇ ਲਿਜਾਣੀ ਹੈ ਆਪਾਂ ਤੇਲ ਤੂਲ ਪਾ ਲਈਏ ਚ ਕਿਉਂਕਿ ਹੁਣ ਜਿਹੜੀ ਪੰਚਾਇਤੀ ਜ਼ਮੀਨ ਆ ਨਵੀਂ ਲੈਤੀ ਆ ਉੱਥੇ ਤੇਲ ਉਹ ਲਾ ਕੇ ਆਉਣਾ ਰੋਟਾਵੀਟਰ 'ਤੇ ਗੇੜਾ ਲਾ ਕੇ ਆਉਣਾ ਵੱਟਾਂ ਦੇ ਨਾਲ ਨਾਲ ਸਾਰੇ ਲਓ ਬਾਈ ਅਤੇ ਹੁਣ ਆਪਾਂ ਚੱਲੇ ਹਾਂ ਅੰਬਾਂ ਵਾਲੀ ਮੋਟਰ 'ਤੇ ਵਹਾਈ ਕਰਨ ਐਕੀ ਜ਼ੋਰ ਦਿਖਾਵਾਂ ਸਾਨੂੰ ਇਹਦਾ ਫੁੱਲ ਡੂੰਘਾ ਛੱਡਣਾ ਹੈ ਮਾਮਾ 17 ਹਾਲਾਂ 'ਤੇ ਦਿਖਾਉਣਿਆ ਤੁਹਾਨੂੰ ਫਿਰ ਕੀ ਕਰਦਾ ਇਹ ਉਹ ਸਾਹਮਣੇ ਹੀ ਅੰਬ ਵਾਲੀ ਮੋਟਰ ਦਾ ਘਰੋਂ ਨਿਕਲਦਾ ਸਾਰੀ ਇਹ ਦੂਜਾ ਟਰੈਕਟਰ ਆਪਣਾ ਕਬੋਟਾ ਉਹ ਗਿਆ ਵਿਆ ਦੂਜੀ ਚੱਕਦਾ ਨਾਲੀ 'ਤੇ ਰਹਿੰਦੀ ਸੀ ਉੱਥੇ 1.5-2 ਕਿੱਲੇ ਉਹ ਵਾਹੁਣ ਗਿਆ ਇਹਦਾ ਜ਼ੋਰ ਦੇਖਿਆ ਜਾਣਾ ਕਹਿੰਦੇ ਮੇਰੇ ਵੀ ਉਹ ਟਾਇਰੀ ਵਾਲੇ ਵੱਡੇ ਨੇ ਮੂਹਰਲੇ ਮਗਰਲਿਆਂ ਦੇ ਬਰਾਬਰ ਦੇ ਨੇ ਮਾੜੇ ਟਰੈਕਟਰ ਨੇ ਮਗਰਲੇ ਟਾਇਰ ਨੇ ਉਹ ਲਾਈਟਾਂ ਲੂਟਾਂ ਦੇਖਣਾ ਹੈ ਪੂਰੀਆਂ ਸਟੀਲ ਸਟੂਲ ਦਾ ਐਂ ਪੂਰਾ ਸਿਰਾ ਕਰਿਆ ਵਾ ਕੰਮ ਬੋਤਲ ਵੱਲ ਵੀ ਗੌਰ ਰੱਖੀ ਮਾਮਾ ਇੱਧਰ ਥੱਲੀ ਲੰਘ ਜੇ ਆਸਾਮ ਯਾਰ ਨੂੰ ਲਾਈਟਾਂ ਲੂਟਾਂ ਸਾਰਾ ਕੁਝ ਚਲਾਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਮਾੜੀ ਜੀ ਕੇਰਾਂ ਵਹਾਈ ਜੀ ਸਟਾਰਟ ਕਰਤੀ ਹੁਣ ਉਹਦੇ ਪਾਸੇ ਜੇ ਚੌੜੇ ਕਰਨ ਲੱਗਿਆ ਹਾਲਾਂ ਮਹਾਂ ਬੈਗ ਜਿਹਾ ਇੱਧਰ ਰੱਖ ਦਈਏ ਅਤੇ ਸ਼ਾਇਦ ਮੋਟਰ ਦੇ ਕੋਲ ਵੀ ਚੱਲੇ ਅੱਜ ਸ਼ਾਇਦ ਕੋਈ ਪੱਕਾ ਨਹੀਂ ਸ਼ਾਇਦ ਉਹ ਖੜਾ ਝੋਟਾ ਲਾਉਣ ਲੱਗਿਆ ਹੁਣ ਪਾਸੇ ਜੇ ਉਹਦੇ ਸ਼ੈਡਾਂ ਤੋਂ ਫੇਰ ਦਿਖਾਉਣਾ ਤੁਹਾਨੂੰ ਅਤੇ ਪਾਸੇ ਖੋਲ੍ਹ ਲਏ ਖੜਾ ਨੇ ਹੁਣ ਦੋਨੇ ਪਾਸੇ ਇੱਧਰੋਂ ਵੀ ਹੁਣ ਤੁਹਾਡੇ ਸਾਹਮਣੇ ਦਿਖਾਵਾਂਗੇ ਤੁਹਾਨੂੰ 99 ਇੰਚ ਤੁਰਦਾ ਇਹ ਫੁੱਲ ਛਿੱਟ ਕੇ ਛਿੜਤੀ ਮਾਮਾ ਫੁੱਲ ਛਿੜਤੀ ਛਿੱਟੀ ਨਹੀਂ ਅਜੇ ਫੁੱਲ ਛਿੜ ਚੱਕਦੀ ਫੇਰ ਅਜੇ ਨਹੀਂ ਛਿੱਟੀ ਫੁੱਲ ਕਹਿੰਦੇ ਹਿਸਾਬ 'ਚ ਨਹੀਂ ਆਉਂਦੇ ਅਤੇ ਆਪਾਂ ਵੀ ਮਾੜਾ ਜਿਹਾ ਮੱਥਾ ਮਾਰਿਆ ਵਾਹਲਾ ਨਹੀਂ ਇਹਦੇ ਨਾਲ ਹਿਸਾਬ 'ਚ ਨਹੀਂ ਆਉਂਦੇ ਤਾਂ ਕਰਕੇ ਇਹ ਮਾਮੇ ਉਹਨੇ ਕਹਿੰਦੇ ਬਸ ਇਹ ਆਪਾਂ ਰਹਿਣ ਦੋ ਐਡੇ 17 ਵਾਣਾ ਜੀ ਤਾਂ ਕਰਕੇ ਫਿਰ ਬੰਜੀ ਕਰਕੇ ਇਹਦੇ ਨਾਲ ਹੀ ਵਾਹੁਣ ਲੱਗਿਆ ਛੋਟੇ ਕਰਕੇ ਅੱਗੇ ਦਿਖਾਉਣੇ ਆ ਬਣ ਅਤੇ ਹੁਣ ਆਪਾਂ ਟਰੈਕਟਰ ਚੱਕ ਲਿਆ ਕਰੋ ਇਹ ਪਹਿਲਾਂ ਚੱਕਦਨ ਵਾਲੀ 'ਤੇ ਗਿਆ ਵਾ ਸੀ ਹੁਣ ਇਹ ਅੰਬਾਂ ਵਾਲੀ 'ਤੇ ਲੱਗੂਗਾ ਹੁਣ ਉੱਥੇ ਵਾਹੁਣੇ ਇਹਦੇ ਨਾਲ ਅਤੇ ਤੁਹਾਨੂੰ ਚੱਲ ਕੇ ਮਿਲਦੇ ਹਾਂ
बड़े बने रहा करो वीडियो दे विच ते पूरी वीडियो देखा करो यार विच विचाला जाना करया करो वीडियो दा ते हुण आपां पा के ओ मोटर ते चलदे आ पा गया बस तेरा नाल नाल दी मोटर ते लेके चलदे ट्रैक्टर ते थानू उत्ते अगे दिखाउणे आ फिर हुण आपां चलदे आ घर नूं मामे हुणी आउंदे आ मगर पापा चल दिया हल मगर ने ओदे वे हल भी बाद चो खोले सी हॉलैंड के बाद चो खोलने यानी पहला नहीं खोले वो आप कड़ लिए इधर दी सू फिर मिलते हैं।